ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਪਿਛਲੇ 6 ਸਾਲਾਂ ਤੋਂ ਭਾਜਪਾ ਦੀ ਮੋਦੀ ਸਰਕਾਰ ਨੇ ਕਿੱਦਾਂ ਤੋੜੀ ਹੈ ਪੂਰੇ ਭਾਰਤ ਦੀ ਕਮਰ, ਪਰ ਇਸ ਮਹਿੰਗਾਈ ਦੇ ਦੌਰ ਵਿੱਚ ਵੀ ਦਿੱਲੀ ਦੀ ਆਵਾਮ ਕਿਉਂ ਸੁੱਖ ਦਾ ਸਾਹ ਲੈ ਰਹੀ ਹੈ। ਚਿੰਤਾਜਨਕ ਵੀ ਹੈ ਦੇਸ਼ ਦੀ ਅਰਥਵਿਵਸਥਾ ਕੇ ਨਜ਼ਰੀਏ ਸੇ ਵੀ, ਦੇਸ਼ ਮੇਂ ਰੋਜ਼ਗਾਰ ਕੇ ਨਜ਼ਰੀਏ ਸੇ ਵੀ, ਲੇਕਿਨ ਸਬਸੇ ਜ਼ਿਆਦਾ ਇਸ ਬਾਤ ਕੋ ਲੇ ਕੇ ਚਿੰਤਾਜਨਕ ਹੈ ਕਿ ਆਜ ਦੇਸ਼ ਮੇਂ ਇੱਕ ਆਮ ਆਦਮੀ ਕੇ ਲਈ ਘਰ ਚਲਾਨਾ ਮੁਸ਼ਕਿਲ ਹੋ ਗਿਆ ਹੈ। एनएसओ के आंकड़े बता रहे हैं कि बीजेपी ने जो पिछले 6 साल में देश की जनता को गिफ्ट दिया है वो यह है कि महंगाई पिछले 6 साल में सबसे ज्यादा हो गई है। वो यह है कि जब से ये सत्ता में आए हैं केवल और केवल महंगाई बढ़ा रहे हैं। 2.1 महंगाई जो है वो 2.1 से बढ़कर इन्फ्लेशन 7.4% पहुंच गया है एक साल के अंदर। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰੇ ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਪਿਛਲੇ 6 ਸਾਲ ਵਿੱਚ ਭਾਜਪਾ ਸਰਕਾਰ ਦੇ ਵੱਲੋਂ ਦੇਸ਼ ਦੀ ਜਨਤਾ ਦੀ ਮਹਿੰਗਾਈ ਦੇ ਨਾਲ ਕਮਰ ਤੋੜ ਦਿੱਤੀ ਗਈ ਹੈ। ਮਹਿੰਗਾਈ ਇਸ ਵੇਲੇ ਆਪਣੀ ਚਰਮ ਸੀਮਾ ਪਾਰ ਕਰ ਚੁੱਕੀ ਹੈ, ਜਿਸ ਕਰਕੇ ਲੋਕਾਂ ਲਈ ਆਪਣਾ ਘਰ ਤੱਕ ਚੱਲਣਾ ਹੁਣ ਮੁਸ਼ਕਿਲ ਹੋ ਗਿਆ ਹੈ। ਸਬਜ਼ੀਆਂ ਦੇ ਦਾਮ ਆਸਮਾਨ ਛੂ ਰਹੇ ਨੇ, ਲੋਕਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਨਾਲ ਡਗਮਗਾ ਗਿਆ ਹੈ, ਲੋਕਾਂ ਦੇ ਬਿਜ਼ਨਸ ਠੱਪ ਹੋ ਰਹੇ ਨੇ, ਵੱਡੇ ਕਾਰੋਬਾਰੀਆਂ ਤੋਂ ਲੈ ਕੇ ਛੋਟੇ ਕਾਰੋਬਾਰੀਆਂ ਤੱਕ ਨੂੰ ਘਾਟੇ ਹੋ ਰਹੇ ਨੇ। ਪਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦਿਆਂ ਮੁਫਤ ਬਿਜਲੀ, ਪਾਣੀ, ਵਧੀਆ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਮਹਿਲਾਵਾਂ ਲਈ ਮੁਫਤ ਬੱਸ ਯਾਤਰਾ, ਅਜਿਹੀਆਂ ਸੁਵਿਧਾਵਾਂ ਮਿਲਣ ਕਰਕੇ ਲੋਕਾਂ ਨੂੰ ਮਹੀਨੇ ਬੱਧੀ ਬੰਨੇ ਖਰਚਿਆਂ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੋਈ ਹੈ, ਜਿਸ ਕਰਕੇ ਦਿੱਲੀ ਦੀ ਆਵਾਮ ਬਹੁਤ ਖੁਸ਼ ਹੈ ਤੇ ਉਹ ਅੱਗੇ ਵੀ ਕੇਜਰੀਵਾਲ ਦੀ ਹੀ ਸਰਕਾਰ ਚਾਹ ਰਹੀ ਹੈ। ਪਰ ਭਾਜਪਾ ਨੇਤਾਵਾਂ ਨੂੰ ਇਹ ਕਦੇ ਵੀ ਪਸੰਦ ਨਹੀਂ ਆ ਸਕਦਾ ਤੇ ਨਾ ਹੀ ਆ ਰਿਹਾ ਹੈ, ਤੇ ਉਹ ਇਸ ਸਾੜੇ ਵਿੱਚ ਲਗਾਤਾਰ ਬੋਲ ਰਹੇ ਨੇ ਕਿ ਦਿੱਲੀ ਵਿੱਚ ਉਹਨਾਂ ਦੀ ਸਰਕਾਰ ਬਣਦਿਆਂ ਹੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਸੁੱਖ ਸਹੂਲਤਾਂ, ਸਬਸਿਡੀ ਯੋਜਨਾਵਾਂ ਤੁਰੰਤ ਹੀ ਬੰਦ ਕਰ ਦੇਣਗੇ ਜਿੱਦਾਂ ਹੀ ਉਹ ਦਿੱਲੀ ਦੀ ਸੱਤਾ ਤੇ ਕਾਬਜ਼ ਹੋਣਗੇ। ਇਸ ਕਰਕੇ ਸਾਡਾ ਮੰਨਣਾ ਹੈ ਕਿ ਦਿੱਲੀ ਵਿੱਚ ਭਾਜਪਾ ਨੂੰ ਪੈਣ ਵਾਲਾ ਇੱਕ ਇੱਕ ਵੋਟ ਚੰਗੀਆਂ ਸੁੱਖ ਸਹੂਲਤਾਂ ਦੇ ਖਿਲਾਫ ਹੋਵੇਗਾ। ਇਹ ਕਹਿਣਾ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਰਿਸ਼ਠ ਨੇਤਾ ਮਨੀਸ਼ ਸਿਸੋਦੀਆ ਦਾ। ਪਾਰਟੀ ਦਫ਼ਤਰ ਵਿੱਚ ਐਨਐਸਓ ਵੱਲੋਂ ਜਾਰੀ ਕੀਤੇ ਗਏ ਮਹਿੰਗਾਈ ਦੇ ਆਂਕੜਿਆਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਆਂਕੜੇ ਦੇਸ਼ ਦੀ ਅਰਥਵਿਵਸਥਾ ਅਤੇ ਰੋਜ਼ਗਾਰ ਦੇ ਨਜ਼ਰੀਏ ਨਾਲ ਅਗਰ ਵੇਖੀਏ ਤਾਂ ਬਹੁਤ ਹੀ ਚੌਂਕਾ ਦੇਣ ਵਾਲੇ ਆਂਕੜੇ ਨੇ। ਉਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਅੱਜ ਇੱਕ ਆਮ ਆਦਮੀ ਨੂੰ, ਗਰੀਬ ਨੂੰ ਆਪਣਾ ਘਰ ਚਲਾਉਣਾ ਬਹੁਤ ਹੀ ਔਖਾ ਹੋ ਰਿਹਾ ਹੈ। ਇਸ ਸਾਲ ਅਗਰ ਸਿਰਫ ਸਬਜ਼ੀਆਂ ਦੀ ਹੀ ਗੱਲ ਕੀਤੀ ਜਾਵੇ ਤਾਂ ਉਹਦੇ ਭਾਅ ਦੇ ਵਿੱਚ ਤਕਰੀਬਨ 60% ਦੀ ਬੜੋਤਰੀ ਕੀਤੀ ਗਈ ਹੈ। ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਐਨਐਸਓ ਵੱਲੋਂ ਜਾਰੀ ਕੀਤੇ ਗਏ ਆਂਕੜੇ ਦੱਸਦੇ ਨੇ ਕਿ ਪਿਛਲੇ 6 ਸਾਲ ਦੇ ਕਾਰਜਕਾਲ ਦੇ ਦੌਰਾਨ ਭਾਜਪਾ ਸਰਕਾਰ ਨੇ ਜੋ ਦੇਸ਼ ਦੀ ਜਨਤਾ ਨੂੰ ਤੋਹਫੇ ਦਿੱਤੇ ਨੇ ਉਹ ਇਹ ਨੇ ਕਿ ਦੇਸ਼ ਦੀ ਮਹਿੰਗਾਈ ਸਭ ਤੋਂ ਉੱਚੇ ਪੱਧਰ ਤੇ ਅੱਜ ਪਹੁੰਚ ਗਈ ਹੈ। ਭਾਜਪਾ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਸਿਰਫ ਤੇ ਸਿਰਫ ਮਹਿੰਗਾਈ ਵਧਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪਿਛਲੇ 1 ਸਾਲ ਵਿੱਚ ਮਹਿੰਗਾਈ ਦਰ 2.1% ਤੋਂ ਵੱਧ ਕੇ 7.4% ਤੇ ਪਹੁੰਚ ਚੁੱਕੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਆਪਣੀਆਂ ਨੀਤੀਆਂ ਦਰਸਾ ਰਹੀਆਂ ਨੇ, ਆਂਕੜੇ ਦਰਸਾ ਰਹੇ ਨੇ ਕਿ ਪਿਛਲੇ 6 ਸਾਲ ਤੋਂ ਲਗਾਤਾਰ ਮਹਿੰਗਾਈ ਦਰ ਵੱਧਦੀ ਹੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਆਮ ਨਾਗਰਿਕ ਨੂੰ ਮੁਫਤ ਬਿਜਲੀ, ਮੁਫਤ ਪਾਣੀ, ਬਿਹਤਰ ਸਿੱਖਿਆ ਸਹੂਲਤਾਂ, ਬਿਹਤਰ ਸਿਹਤ ਸਹੂਲਤਾਂ, ਮਹਿਲਾਵਾਂ ਨੂੰ ਮੁਫਤ ਬੱਸ ਸਰਵਿਸ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ।
ਅਤੇ ਇਹ ਸਾਰੀਆਂ ਹੀ ਸਹੂਲਤਾਂ ਆਮ ਲੋਕਾਂ ਨੂੰ ਮਹਿੰਗਾਈ ਦੇ ਦੌਰ ਵਿੱਚ ਆਪਣਾ ਘਰ ਚਲਾਉਣ ਵਿੱਚ ਕਾਫ਼ੀ ਸਹਾਈ ਸਾਬਿਤ ਹੋ ਰਹੀਆਂ ਨੇ। ਪਰ ਵਿਰੋਧੀ ਧਿਰਾਂ ਅਜੇ ਵੀ ਆਮ ਆਦਮੀ ਪਾਰਟੀ ਦੇ ਖਿਲਾਫ਼ ਕੂੜ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਨੇ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਭਾਜਪਾ ਸਰਕਾਰ ਦੇ ਨੇਤਾ ਇਸ ਤਰ੍ਹਾਂ ਦਾ ਇੱਕ ਅੱਧਾ ਜੁਮਲਾ ਛੱਡ ਕੇ ਚੁੱਪ ਹੋ ਜਾਣਗੇ ਕਿ ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਸਾਰੀਆਂ ਮੁਫ਼ਤ ਯੋਜਨਾਵਾਂ ਹੋਣਗੀਆਂ ਬੰਦ। ਪਰ ਜਿਸ ਤਰੀਕੇ ਨਾਲ ਕੱਲ੍ਹ ਮੁੜ ਭਾਜਪਾ ਦੇ ਇੱਕ ਵੱਡੇ ਨੇਤਾ ਦਾ ਇਹੀ ਬਿਆਨ ਆਇਆ ਤੇ ਸਾਂਸਦ ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਆਉਂਦਿਆਂ ਹੀ ਦਿੱਲੀ ਦੀ ਜਨਤਾ ਨੂੰ ਮਿਲਣ ਵਾਲੀਆਂ ਸਾਰੀਆਂ ਹੀ ਮੁਫ਼ਤ ਸਹੂਲਤਾਂ ਮੁਫ਼ਤ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਬਹੁਤ ਹੀ ਸ਼ਰਮਨਾਕ, ਦੁਖਦਾਈ ਅਤੇ ਚੌਂਕਾ ਦੇਣ ਵਾਲਾ ਹੈ। ਉਹਨਾਂ ਕਿਹਾ ਕਿ ਜੇਕਰ ਦਿੱਲੀ ਦੀ ਸਰਕਾਰ ਦਿੱਲੀ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਦੇ ਘਰ ਚਲਾਉਣ, ਉਹਨਾਂ ਦੇ ਪਰਿਵਾਰ ਨੂੰ ਪਾਲਣ ਪੋਸ਼ਣ ਵਾਸਤੇ ਉਹਨਾਂ ਦੀ ਸਹਾਇਤਾ ਨਹੀਂ ਕਰਦੀ ਹੈ ਤਾਂ ਅਜਿਹੀ ਸਰਕਾਰ ਉੱਤੇ ਲਾਣਤ ਹੈ। ਮਹਾਰਾਸ਼ਟਰ ਵਿੱਚ ਦਿੱਲੀ ਦੇ ਸਿੱਖਿਆ ਢਾਂਚੇ ਨੂੰ ਅਪਣਾਉਣ ਦੀ ਗੱਲ ਉੱਤੇ ਹੋਰ ਕੀ ਕੁਛ ਕਿਹਾ, ਆਓ ਮਾਰਦੇ ਹਾਂ ਇਸ ਸਾਰੀ ਪ੍ਰੈਸ ਵਾਰਤਾ ਤੇ ਵਿਸਥਾਰ ਨਾਲ ਇੱਕ ਨਜ਼ਰ। ਇੱਕ ਐਸੇ ਸਮੇਂ ਮੈਂ ਜਬ ਦਿੱਲੀ ਮੈਂ ਤੋਂ ਚੁਣਾਵ ਕੀ ਤਿਆਰੀ ਚੱਲ ਰਹੀ ਹੈ, NSO ਕੇ ਮਹਿੰਗਾਈ ਕੇ ਆਂਕੜੇ ਦੇਸ਼ ਕੇ ਸਾਹਮਣੇ ਆਏ ਹੈ ਔਰ ਬਹੁਤ ਚਿੰਤਾਜਨਕ ਵੀ ਹੈ ਦੇਸ਼ ਕੀ ਅਰਥਵਿਵਸਥਾ ਕੇ ਨਜ਼ਰੀਏ ਸੇ ਵੀ, ਦੇਸ਼ ਮੇਂ ਰੋਜ਼ਗਾਰ ਕੇ ਨਜ਼ਰੀਏ ਸੇ ਵੀ, ਲੇਕਿਨ ਸਬਸੇ ਜ਼ਿਆਦਾ ਇਸ ਬਾਤ ਕੋ ਲੈ ਕੇ ਚਿੰਤਾਜਨਕ ਹੈ ਕਿ ਆਜ ਦੇਸ਼ ਮੇਂ ਇੱਕ ਆਮ ਆਦਮੀ ਕੇ ਲਈ ਘਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। NSO ਕੇ ਆਂਕੜੇ ਬਤਾ ਰਹੇ ਹੈ ਕਿ ਬੀਜੇਪੀ ਨੇ ਜੋ ਪਿਛਲੇ 6 ਸਾਲ ਮੇਂ ਦੇਸ਼ ਕੀ ਜਨਤਾ ਕੋ ਗਿਫਟ ਦਿਆ ਹੈ ਵੋ ਯਹ ਹੈ ਕਿ ਮਹਿੰਗਾਈ ਪਿਛਲੇ 6 ਸਾਲ ਮੇਂ ਸਬਸੇ ਜ਼ਿਆਦਾ ਹੋ ਗਈ ਹੈ। ਵੋ ਯਹ ਹੈ ਕਿ ਜਬ ਸੇ ਯੇ ਸੱਤਾ ਮੇਂ ਆਏ ਹੈ ਕੇਵਲ ਔਰ ਕੇਵਲ ਮਹਿੰਗਾਈ ਬੜਾ ਰਹੇ ਹੈ। 2.1 ਮਹਿੰਗਾਈ ਜੋ ਹੈ ਵੋ 2.1 ਸੇ ਪੜ੍ਹ ਕਰ ਇਨਫਲੇਸ਼ਨ 7.4% ਪਹੁੰਚ ਗਿਆ ਹੈ ਇੱਕ ਸਾਲ ਕੇ ਅੰਦਰ ਅੰਦਰ। ਯੇ ਤੋ ਇੱਕ ਸਾਲ ਮੇਂ ਅੰਦਰ ਇੱਕ ਸਾਲ ਕੇ ਹੈ। ਉਨ ਆਂਕੜੋ ਮੇਂ ਯੇ ਵੀ ਹੈ ਕਿ ਸਬਜ਼ੀ ਕੇ ਦਾਮ ਪਿਛਲੇ ਇੱਕ ਸਾਲ ਮੇਂ ਪੂਰੇ ਦੇਸ਼ ਮੇਂ 60% ਬੜ ਗਏ ਹੈ। ਮਹਿੰਗਾਈ ਕੇ ਇਸ ਦੌਰ ਮੇਂ ਦਿੱਲੀ ਮੇਂ ਇੱਕ ਸਰਕਾਰ ਚੱਲ ਰਹੀ ਹੈ ਪਿਛਲੇ 5 ਸਾਲ ਸੇ ਜੋ ਲੋਕੋਂ ਕੋ ਉਨਕਾ ਘਰ ਚਲਾਨੇ ਮੇਂ ਮਦਦ ਕਰ ਰਹੀ ਹੈ। ਜਿਸ ਸਮੇਂ ਦੇਸ਼ ਮੇਂ ਕੇਂਦਰ ਸਰਕਾਰ ਕੀ ਵਜਹ ਸੇ, ਉਸਕੀ ਵਿਫਲ ਨੀਤੀਓ ਕੀ ਵਜਹ ਸੇ, ਉਸਕੇ ਫੇਲੀਅਰ ਕੀ ਵਜਹ ਸੇ ਮਹਿੰਗਾਈ ਲਗਾਤਾਰ ਬੜ ਰਹੀ ਹੈ ਔਰ ਖੁਦ ਸਰਕਾਰ ਕਾ ਡੇਟਾ ਕਹਿ ਰਹਾ ਹੈ ਕਿ ਪਿਛਲੇ 6 ਸਾਲ ਮੇਂ ਲਗਾਤਾਰ ਰਿਕਾਰਡ ਮਹਿੰਗਾਈ ਬੜ ਗਈ ਹੈ। ਪਿਛਲੇ 1 ਸਾਲ ਮੇਂ ਤੋ ਔਰ ਜ਼ਿਆਦਾ ਰਿਕਾਰਡ ਟੁੱਟ ਗਏ। ਵੈਸੇ ਮੈਂ ਬੀਜੇਪੀ ਕੇ ਨੇਤਾ ਆਪਣੀ ਰਾਜਨੀਤੀ ਕੀ ਵਜਹ ਸੇ, ਆਪਣੀ ਸੋਚ ਕੀ ਵਜਹ ਸੇ, ਆਪਣੇ ਮਤਲਬ ਉਨਕਾ ਮੇਕ ਐਸਾ ਹੈ ਬੀਜੇਪੀ ਕਾ ਕਿ ਵੋ ਲੋਕੋਂ ਕੇ ਜਲੇ ਪੇ ਨਮਕ ਛਿੜਕ ਰਹੇ ਹੈ। ਦਿੱਲੀ ਮੇਂ ਐਸੀ ਸਰਕਾਰ ਚੱਲ ਰਹੀ ਹੈ ਜੋ ਲੋਕੋਂ ਕੋ ਜਬ ਜਿਸ ਵਕਤ ਲੋਕੋਂ ਕੇ ਲਈ ਘਰ ਚਲਾਉਣਾ ਮੁਸ਼ਕਿਲ ਹੋ ਰਹਾ ਹੈ ਤੋ ਲੋਕੋਂ ਕੀ ਬਿਜਲੀ ਮੇਂ ਮਦਦ ਕਰ ਰਹੀ ਹੈ, ਲੋਕੋਂ ਕਾ ਪਬਲਿਕ ਟ੍ਰਾਂਸਪੋਰਟ ਮੇਂ ਮਦਦ ਕਰ ਰਹੀ ਹੈ, ਲੋਕੋਂ ਕੀ ਸਕੂਲ ਫੀਸ ਮੇਂ ਮਦਦ ਕਰ ਰਹੀ ਹੈ, ਲੋਕੋਂ ਕੀ ਦਵਾਈਓ ਮੇਂ ਮਦਦ ਕਰ ਰਹੀ ਹੈ, ਬਿਜਲੀ ਪਾਣੀ ਸ਼ਿਕਸ਼ਾ ਸਵਾਸਥ ਜੈਸੀ ਚੀਜ਼ੋਂ ਪੇ ਮਦਦ ਕਰ ਰਹੀ ਹੈ, ਟ੍ਰਾਂਸਪੋਰਟ ਮੇਂ ਮਦਦ ਕਰ ਰਹੀ ਹੈ। ਵੈਸੇ ਮੈਂ ਬੀਜੇਪੀ ਕੇ ਨੇਤਾ ਲਗਾਤਾਰ ਕਹਿ ਰਹੇ ਕਿ ਸਾਹਿਬ ਯੇ ਫ੍ਰੀ ਦੇਣਾ ਗਲਤ ਹੈ, ਯੇ ਸਸਤਾ ਦੇਣਾ ਗਲਤ ਹੈ। ਮੈਨੇ ਦੋ ਦਿਨ ਪਹਿਲੇ ਵੀ ਤਿੰਨ ਦਿਨ ਪਹਿਲੇ ਵੀ ਕਿਹਾ ਥਾ ਕਿ ਕੈਸੇ ਯੇ ਸਰਕਾਰ ਚਲਾਨੇ ਕੇ ਇਸ ਮਾਡਲ ਕੋ ਯੇ ਕਹਿ ਰਹੇ ਹੈ ਦਿੱਲੀ ਕੀ ਜਨਤਾ ਬਿਕਾਊ ਨਹੀਂ ਹੈ। ਮੁਝੇ ਲਗਾ ਕਿ ਸ਼ਾਇਦ ਅਬ ਇੱਕ ਆਧ ਜੁਮਲਾ ਛੋੜ ਕੇ ਲੋਕ ਚੁੱਪ ਹੋ ਜਾਏਂਗੇ, ਲੇਕਿਨ ਆਸ਼ਚਰਜਨਕ ਹੈ ਕਿ ਕੱਲ੍ਹ ਫਿਰ ਪ੍ਰਵੇਸ਼ ਵਰਮਾ ਜੀ ਨੇ ਕਿਹਾ ਜੋ ਬੀਜੇਪੀ ਕੇ ਨੇਤਾ ਹੈ ਕਿ ਹਮ ਸੱਤਾ ਮੇਂ ਆਏਂਗੇ ਤੋ ਹਮ ਯੇ ਸਾਰੀ ਫ੍ਰੀ ਚੀਜ਼ੇ ਬੰਦ ਕਰ ਦੇਂਗੇ। ਮੈਂ ਆਜ ਚੁਣੌਤੀ ਦੇ ਕੇ ਕਹਿਣਾ ਚਾਹਤਾ ਹੂੰ ਕਿ ਆਪਕੋ ਪ੍ਰੋਬਲਮ ਕਿਆ ਹੈ। ਅਗਰ ਦਿੱਲੀ ਕੀ ਸਰਕਾਰ, ਅਗਰ ਕੇਜਰੀਵਾਲ ਜੀ ਕੀ ਸਰਕਾਰ ਪਿਛਲੇ 5 ਸਾਲ ਸੇ ਜਬ ਆਪ ਮਹਿੰਗਾਈ ਪੇ ਮਹਿੰਗਾਈ ਬੜਾਏ ਜਾ ਰਹੇ ਹੋ ਤੋ ਲੋਕੋਂ ਕੇ ਘਰ ਚਲਾਨੇ ਮੇਂ ਮਦਦ ਕਰ ਰਹੀ ਹੈ, ਲੋਕੋਂ ਕੇ ਪਰਿਵਾਰ ਕੋ ਚਲਾਨੇ ਮੇਂ ਮਦਦ ਕਰ ਰਹੀ ਹੈ,
तो आपको प्रॉब्लम क्या है, बीजेपी को प्रॉब्लम क्या हो रही है? और जहां सरकार कह रही है कि हम सत्ता में आएंगे, केजरीवाल दोबारा सत्ता में आएंगे, तो इन सारी चीजों को कंटिन्यू रखेंगे, फ्री बिजली भी कंटिन्यू रहेगी, पानी भी इसी तरह से कंटिन्यू रहेगा, शिक्षा भी इसी तरह से, अस्पताल भी इसी तरह से, पब्लिक ट्रांसपोर्ट भी इसी तरह से कंटिन्यू रहेंगे। तो ये कह रहे हैं हम आएंगे तो बंद कर देंगे आपको। मैं आज इनको कहना चाहता हूं, प्रवेश वर्मा जी, आपको और आपकी पार्टी को प्रॉब्लम क्या है? अगर लोगों के घरों में जिस वक्त आप महंगाई बढ़ा रहे हैं तो सरकार की योजनाओं से कुछ महंगाई से लड़ने में उनको मदद मिल जा रही है, तो आपको प्रॉब्लम क्या है? मैं आखिर में फिर आपके माध्यम से दिल्ली की जनता से भी कहना चाहता हूं कि चुनाव का समय ध्यान रखिएगा कि बीजेपी को पड़ने वाला एक एक वोट, बार बार इनका ये चरित्र सामने आ रहा है कि ये तो महंगाई बढ़ाने वाली पार्टी है, बीजेपी को पड़ने वाला एक एक वोट महंगाई को पड़ेगा, महंगी बिजली को पड़ेगा, महंगी शिक्षा को पड़ेगा, महंगी स्वास्थ्य सुविधा को पड़ेगा, महंगी बस सेवा को पड़ेगा, बीजेपी को पड़ने वाला एक एक वोट महंगाई को पड़ेगा। और उसका सबूत NSO के ये आंकड़े हैं, क्योंकि बीजेपी पूरे देश में महंगाई बढ़ा रही है, महंगाई बढ़ाना इनकी राजनीति का, इनके गवर्नेंस मॉडल का हिस्सा है। दिल्ली में अगर इनको वोट पड़ता है तो वो उस मॉडल को वोट पड़ेगा जिसमें महंगाई बढ़ाई जाती है। धन्यवाद। सरकार को योजना बनानी पड़ेगी ना, सरकार को इस तरह की योजनाएं बनानी पड़ेंगी ताकि लोगों का अपना जीवन चलाना आसान हो, ताकि लोगों को अपना परिवार चलाना आसान हो, ताकि लोगों को अपने बच्चे पढ़ाने से लेके सारे काम करने आसान हो। सरकार वो योजना बनाने की जगह चुनाव के समय पे एंग्जाइटी वाले मुद्दे लेके आती है। मैं आज कहता हूँ, आज भारतीय जनता पार्टी जनता के बीच जाए और बताए कि हमने 6 साल में इतनी महंगाई बढ़ाई है, देखें एक वोट उनको पड़ जाए। आज वो जाके बताएं जनता के बीच में कि कैसे पूरे देश में सब्जियों के दाम 60% बढ़ गए। लेके आए ना, जब चुनाव आता है तो एंग्जाइटी वाले कुछ मुद्दे लेके आ जाते हैं, एंग्जाइटी बढ़ाने वाले मुद्दे लेके आओ ना, शिक्षा के मुद्दे लेके आओ, लोगों के घर चलाने के मुद्दे लेके आओ, महंगाई सस्ती के मुद्दे लेके आओ। आप लेके आओ मुद्दे, आप कह रहे हो महंगा कर देंगे हर चीज को, आप महंगा कर दोगे तो फिर लोग जिएंगे कैसे? बहुत सारी चीजें लोकल, देखिए आप दाम फिक्स करो वो आपके एक स्ट्रेटेजी का हिस्सा हो सकता है, लेकिन सबसे पहले तो आदमी की पॉकेट में पैसा पहुंचेगा तो वो मार्केट में खर्च करेगा, मार्केट में खर्च करेगा तो इकोनॉमी भी आगे बढ़ेगी, पैसा बचेगा उसके अंदर तो वो अपने वेलफेयर पे खर्च करेगा। आप देखिए, मैं तो खुद भी चुनाव में बिजी हूँ, अपने चुनाव में पटपड़ रेंज में और बाकी दिल्ली के चुनाव में, मैं भी इतफाक से वो मैंने सुना कहीं मीडिया में कहीं पढ़ रहा था, मैंने वीडियो देखा नहीं, अगर आपके पास अवेलेबल हो तो मुझे भी दिखाइएगा। नहीं मैंने नहीं देखा, मुझे नहीं पता कौन सी वीडियो की आप बात कर रहे हैं। मानव नोटिस आएगा तो जवाब देंगे अगर उनका कुछ नोटिस। मानव मुझे इस बात की खुशी है कि जो जिन राज्यों में भी पिछले दिनों में नई सरकार बनी है उसमें दिल्ली के एजुकेशन मॉडल को लेकर काफ़ी जिज्ञासा है, और वहाँ के शिक्षा मंत्री, वहाँ के मुख्यमंत्री या वहाँ के और पदाधिकारी इसमें दिलचस्पी ले रहे हैं कि दिल्ली के एजुकेशन मॉडल को अगर अपना के काम किया जाए तो कैसे हो सकता है। मैं उनके लिए भी, उनको मैं सच में धन्यवाद करना चाहता हूँ, जो भी उनके राजनीतिक या अधिकारीगण हैं, पदाधिकारी हैं, कि अगर वो दिल्ली के एजुकेशन मॉडल में दिलचस्पी लेते हैं तो मैं दिल्ली सरकार की ओर से अभी भी और आगे के लिए भी, अगले 5 साल के लिए भी आश्वस्त करता हूं कि दिल्ली आपको स्क्रैच से शुरू करने की जरूरत नहीं पड़ेगी। दिल्ली का जो 5 साल का अनुभव है उससे आप सीख के बहुत सारी ऐसी चीज़ें कर सकते हैं जहां से हम फिर मिलके बहुत सारे काम कर सकते हैं। इसमें काफ़ी राज्यों के साथ हुआ भी है पहले से भी, पर अगर अभी भी कोई आगे किसी भी राज्य के साथ काम करने की जरूरत पड़ेगी, हम चाहेंगे कि देश के
अच्छे गवर्नमेंट स्कूल मॉडल बनाने में हम पूरी मदद करना चाहेंगे या साथ मिलकर काम करना चाहेंगे, क्योंकि मैंने बार बार कहा भी है कि देश में सबसे बड़ी प्रॉब्लम ये हो गई है कि गवर्नमेंट स्कूल पूरे देश में बंद हो रहे हैं, और जब तक हम गवर्नमेंट स्कूलों को नहीं सुधारेंगे देश के हर बच्चे को अच्छी एजुकेशन की गारंटी नहीं दे सकते। आप प्राइवेट स्कूल खोलिए, अच्छी बात है। दिल्ली का मॉडल एजुकेशन का आप मुझसे बात करें तो यही है कि पहले हमने गवर्नमेंट स्कूलों की क्वालिटी को सुधारा है, फिर हम बाकी चीजें करें। आज नामांकन की प्रक्रिया शुरू हो गई है, तो पार्टी की क्या तैयारियां हैं और किस तरीके से उम्मीदवारों का चयन पार्टी कर रही है, क्या कुछ? पार्टी ने चुनाव घोषणा के बाद से सर्वे कराए हैं और उन सर्वे और उन बाकी जो ग्राउंड रिपोर्ट्स हैं उनके आधार पे अब धीरे धीरे अब कैंडिडेट्स का चयन करेगी कैंडिडेट्स को। अगर आज होगी तो आज भी बता देंगे, नहीं होगी तो जब होगी आपको बता के करेंगे। वो हरदीप सिंह पुरी जी के नेता है मनोज तिवारी जी, उन्होंने जब चुनाव लड़ा था तो उन्होंने तो कहा था कि हम एमसीडी को दिल्ली से केंद्र सरकार से सीधे फंड लाया करेंगे, उस पे क्या हुआ? थैंक यू। बेशक विरोधी धिरां लगातार अरविंद केजरीवाल उत्ते इह इल्जाम लगांदियां आ रहियां ने कि केजरीवाल ने दिल्ली विच कुछ नहीं कीता, पर दिल्ली दी जनता इह चीख चीख के कह रही है, सारे चैनल्स दे उत्ते इह चीख चीख के बोलिया जा रहा है, जनता वालों दुहाई दिती जा रही है कि केजरीवाल ने आखिर दिल्ली दी आवाम वास्ते की नहीं कीता। इह दस्या जावे विरोधी धिरां वालों ते भाजपा सरकार नूं शर्म आनी चाहीदी है, भाजपा दे उन्हां आगूआं नूं शर्म आनी चाहीदी है जो अज भी चीख चीख के इलैक्शन तो पहला यह गल कह रहे हैं कि जेकर वह दिल्ली की सत्ता उत्ते काबज़ हुंदे ने तां काबज़ हुंदिया ही लोगों नूं दित्तियां जाण वालियां सारियां मुफ्त सुविधावां सुख सहूलतां बंद कर दित्तियां जाणगियां, क्योंकि ये वह पार्टियां ने जिन्हां ने हमेशा सत्ता का सुख भोग के सिर्फ ते सिर्फ अपने वास्ते सुख इकट्ठे करना सिखिया है ते आम लोगों नूं महंगाई दे बोझ हेठां दबना सिखिया है। केजरीवाल सरकार ने लोगों वास्ते इन्ना कुछ मुफ्त करन दे बावजूद भी यह साबित करके दिखाया है कि दिल्ली की सरकार मुनाफे विच चल रही है ना कि घाटे विच, जबकि इस तो पहला रवायती पार्टियां ने बहुत बार दिल्ली की सत्ता ते राज कीता पर हमेशा बहुत सारे घुटाले बहुत सारे घपले सामने आए, अते अरविंद केजरीवाल वो इंसान ने जिन्हां ने अज भी हिक ठोक के यह गल कही है कि जेकर तुहानू नज़र आंदा है दिल्ली विच आम आदमी पार्टी ने कोई काम किया है तो तुसीं साडे हक विच वोट पायो वोट भुगतायो, जेकर तुहानू लगता है कि दिल्ली दे विच आम आदमी पार्टी ने कोई काम नहीं किया तो जिसनू तुसीं चाह सकते हो उसनू वोट पा सकते हो। हुण इह दिल्ली दी आवाम ने तय करना है कि जो सुख सहूलतां जो सुविधावां आम आदमी पार्टी वल्लों उन्हां नू मुहैया करवाईआं गईआं, बेशक मुफ्त भैणां वास्ते बस सर्विस होवे, चंगी स्कूली पढ़ाई होवे, चंगीआं सिहत सहूलतां होण, घर घर पहुँचदा पानी होवे, बड़ियां गलियां सड़कां होण, या तुहानू मिलदे तुहाडे अपने मकानां दे हक होण, इह किसे होर सरकार ने दित्ता या नहीं दित्ता इह जरूर सोच लैणा, ते जेकर इह सुख अगे भी 5 साल चाहुंदे हो तां वोट अपनी आम आदमी पार्टी दे हक विच भुगताणा, ते जेकर किसे भी होर पार्टी दे नाल जाणा तां इह जरूर सोच लैणा कि पूरे भारत वांग फिर दिल्ली वालों की भी कमर टुटनी शुरू होगी महंगाई के बोझ न। विचार चंगे लगे हुण वीडियो लाइक ते शेयर जरूर करना, बाकी अपनी भावनावां नीचे कमेंट्स दे विच तुसीं व्यक्त कर सकते हो। गुरबाणी अखंड बाणी वास्ते दिल्ली तो सुखदेव पाल सिंह की रिपोर्ट। वाहिगुरू जी का खालसा वाहिगुरू जी की फतेह। पंजाब अते पंजाबीयत नाल जुड़ी हर गतिविधि सत्ता अते सियासत की हर खबर वास्ते हुणे सबसक्राइब करो गुरबाणी अखंड बाणी ते नोटिफिकेशन वास्ते बैल नूं रिंग करो।